ਅਕਸਰ ਅਸੀਂ ਲੰਬੀ ਦੂਰੀ ਦੀ ਰੇਲ ਯਾਤਰਾ ਕਰਦੇ ਹਾਂ ਤਾਂ ਰਸਤੇ ਵਿੱਚ ਕਿੰਨਰ ਟ੍ਰੇਨ 'ਚ ਚੜ੍ਹ ਆਉਂਦੇ ਨੇ ਅਤੇ ਪੈਸੇ ਮੰਗਦੇ ਨੇ। ਹੁਣ ਕਹਿੰਦੇ ਨੇ ਕਿ ਜੇਕਰ ਕਿੰਨਰਾਂ ਦੀ ਮੰਗ ਨਾ ਮੰਨੀ ਜਾਵੇ ਤਾਂ ਉਹ ਬਦਦੁਆ ਦੇ ਦਿੰਦੇ ਨੇ, ਪਰ ਅੱਜ ਕੱਲ੍ਹ ਇਸ ਚੀਜ਼ ਦਾ ਕਾਫ਼ੀ ਗਲਤ ਫਾਇਦਾ ਚੁੱਕਿਆ ਜਾ ਰਿਹਾ। ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕਿੰਨਰ ਆਪਣੇ ਕੱਪੜੇ ਉਤਾਰ ਕੇ ਲੋਕਾਂ ਨਾਲ ਕੁੱਟਮਾਰ ਕਰਦਾ ਹੈ ਅਤੇ ਪੈਸੇ ਲੁੱਟਦਾ ਹੈ। ਇਸ ਘਟਨਾ ਨੂੰ ਇੱਕ ਯਾਤਰੀ ਨੇ ਰਿਕਾਰਡ ਵੀ ਕਰ ਲਿਆ ਸੀ। ਸਕਿੰਨਰ ਦੀ ਪਛਾਣ 25 ਸਾਲ ਦੇ ਸੋਨਾਲੀ ਟੀਨਾ ਦੇ ਰੂਪ 'ਚ ਹੋਈ ਹੈ। ਸਕਿੰਨਰ ਨੂੰ ਪਹਿਲਾਂ ਵੀ RPF ਨੇ ਵੱਖ-ਵੱਖ ਮਾਮਲਿਆਂ 'ਚ ਗ੍ਰਿਫਤਾਰ ਕੀਤਾ ਸੀ, ਪਰ ਕੋਈ ਅਪਰਾਧਿਕ ਸ਼ਿਕਾਇਤ ਦਰਜ ਨਾ ਹੋਣ 'ਤੇ ਰਿਹਾਅ ਹੋ ਜਾਂਦਾ ਸੀ। ਪਰ ਹੁਣ ਪੁਲਿਸ ਨੇ ਲੋਕਾਂ ਨੂੰ ਕਿੰਨਰਾਂ ਦੇ ਇਸ ਆਤੰਕ ਤੋਂ ਬਚਾਉਣ ਲਈ ਅਪੀਲ ਕੀਤੀ ਹੈ ਕਿ ਉਹ ਉਹਨਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਤਾਂ ਕਿ ਮੁਲਜ਼ਮ ਖਿਲਾਫ਼ ਅਪਰਾਧਿਕ ਮਾਮਲਾ ਦਰਜ ਹੋ ਸਕੇ, ਕਿਉਂਕਿ ਉਸ ਕਿੰਨਰ ਨੇ ਬੱਚਿਆਂ ਅਤੇ ਮਹਿਲਾਵਾਂ ਸਾਹਮਣੇ ਆਪਣੇ ਕੱਪੜੇ ਉਤਾਰ ਕੇ ਯਾਤਰੀਆਂ ਨੂੰ ਡਰਾਇਆ, ਜੋ ਕਾਫ਼ੀ ਸ਼ਰਮਨਾਕ ਹੈ। ਲੰਬੀ ਦੂਰੀ ਦੀ ਟ੍ਰੇਨਾਂ 'ਚ ਅਕਸਰ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ। ਖਾਸ ਤੌਰ 'ਤੇ ਉੱਤਰ ਭਾਰਤ ਵੱਲ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਲਈ ਲੋਕਾਂ ਨੂੰ ਚੌਕਸ ਹੋਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਕਿਤੇ ਤੁਸੀਂ ਵੀ ਇਹੋ ਜਿਹੀ ਘਟਨਾ ਦਾ ਸ਼ਿਕਾਰ ਨਾ ਹੋ ਜਾਵੋ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।